ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਹਨ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ, ਗੁਰਮੀਤ ਸਿੰਘ ਸ਼ੰਟੀ ਅਤੇ ਹੋਰ ਕੁਛ ਗਿਣੇ ਚੁਣੇ ਲੋਕਾਂ ਦੇ ਨਾਲ ਇਹ ਸ਼੍ਰੀ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਇਹ ਗਏ ਸਨ ਅਤੇ ਉੱਥੇ ਇਹਨਾਂ ਨੇ ਇਹ ਮੰਗ ਰੱਖੀ, ਜੋ ਕਿ ਸੰਗਤ ਨੂੰ ਦਿਖਾਇਆ ਕਿ ਅਸੀਂ ਮੰਗ ਰੱਖ ਰਹੇ ਹਾਂ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਔਰ ਉਹਨਾਂ ਦੇ ਨਾਂ 'ਤੇ ਜਿਹੜਾ ਕੋਵਿਡ ਸੈਂਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਖੋਲ੍ਹਿਆ ਹੈ, ਉਹਨੂੰ ਬੰਦ ਕਰਾਉਣ ਦੀ ਜਿਹੜੀ ਇਹਨਾਂ ਦੀ ਨਾਕਾਮਯਾਬ ਕੋਸ਼ਿਸ਼ ਉਹਨਾਂ ਨੇ ਉਸ ਦਿਨ ਕੀਤੀ ਹੈ। ਮੈਂ ਸਰਨਾ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਸਾਧ ਸੰਗਤ ਜੀ, ਆਪ ਜੀ ਇੱਕ ਦਿੱਲੀ ਕਮੇਟੀ ਵਰਗੀ ਬਹੁਤ ਵੱਡੀ ਸੰਸਥਾ ਦੇ ਪ੍ਰਧਾਨ ਵੀ ਰਹਿ ਚੁੱਕੇ ਹੋ ਅਤੇ ਆਪ ਜੀ ਦੀ ਉਮਰ ਵੀ ਇੰਨੀ ਹੋ ਚੁੱਕੀ ਹੈ ਕਿ ਆਪ ਜੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ, ਜਿਹਦੇ ਪਿੱਛੇ ਅਸੀਂ ਸਾਫ਼ ਸੁਣ ਸਕਦੇ ਹਾਂ ਕਿ ਗੁਰਬਾਣੀ ਦਾ ਉੱਥੇ ਪ੍ਰਵਾਹ ਚੱਲ ਰਿਹਾ ਹੈ ਅਤੇ ਤੁਸੀਂ ਉੱਥੇ ਸਾਰੇ ਜਣੇ ਗੁਰੂ ਸਾਹਿਬ ਵੱਲ ਪਿੱਠ ਕਰਕੇ ਖੜ੍ਹੇ ਹੋ। ਮੈਨੂੰ ਇਹ ਗੱਲ ਦੇਖ ਕੇ ਬਹੁਤ ਦੁੱਖ ਹੋਇਆ। ਇਹ ਉਮੀਦ ਨਹੀਂ ਸੀ ਕਿ ਸਰਨਾ ਸਾਹਿਬ, ਜਿਹੜੇ ਕਿ ਇਸ ਪੰਥ ਕੌਮ ਦੀ ਜਿਹੜੀ ਨੁਮਾਇੰਦਗੀ ਕਰ ਚੁੱਕੇ ਹਨ, ਇੰਨੀ ਛੋਟੀ ਅਤੇ ਨੀਂਹ ਸ਼ਿਰਕਤ ਕਰਨਗੇ। ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੇ ਜਿਹੜੀ ਮੌਜੂਦਾ ਕਮੇਟੀ ਹੈ, ਜਿਸ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਅਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਹੈ, ਉਹਨਾਂ ਦੀ ਛਵੀ ਨੂੰ ਸਿਰਫ ਦਾਗਦਾਰ ਕਰਨਾ ਚਾਹੁੰਦੇ ਹਨ, ਜਿਹਦੇ ਵਿੱਚ ਕਿ ਉਹ ਨਾਕਾਮਯਾਬ ਹੋਏ ਹਨ। ਮੇਰੇ ਹਿਸਾਬ ਦੇ ਨਾਲ ਜਾਂ ਜਿੰਨੇ ਵੀ ਸਾਨੂੰ ਫੋਨ ਆਏ ਹਨ, ਸਭ ਨੇ ਇਹੀ ਕਿਹਾ ਕਿ ਅਗਰ ਇਹਨਾਂ ਨੇ ਕੋਈ ਪ੍ਰੋਟੈਸਟ ਕਰਨਾ ਸੀਗਾ ਤਾਂ ਉਹਦੇ ਬਿਲਕੁਲ ਸਾਹਮਣੇ ਦਿੱਲੀ ਕਮੇਟੀ ਦਾ ਜਿਹੜਾ ਆਫੀਸ਼ੀਅਲ ਆਫਿਸ ਹੈਗਾ, ਉੱਥੇ ਵੀ ਇਹ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਦੇ ਸੀਗੇ। ਦੂਸਰੀ ਗੱਲ, ਜਿਹੜੀ ਗੱਲ ਪਿਛਲੇ ਕੁਛ ਦਿਨਾਂ ਤੋਂ ਸਰਨਾ ਸਾਹਿਬ ਲਗਾਤਾਰ ਕਹਿ ਰਹੇ ਹਨ ਕਿ ਕੋਵਿਡ ਸੈਂਟਰ ਵਿੱਚ ਗਾਣਾ ਚਲਾ ਦਿੱਤਾ, ਕੋਵਿਡ ਸੈਂਟਰ ਵਿੱਚ ਮਰੀਜ਼ ਨਹੀਂ ਹਨ, ਕੋਵਿਡ ਸੈਂਟਰ ਵਿੱਚ ਇਹ ਹੋ ਗਿਆ, ਉਹ ਹੋ ਗਿਆ, ਗੁਰੂ ਸਾਹਿਬ ਦੇ ਸਥਾਨ ਦੀ ਬੇਅਦਬੀ ਹੋ ਗਈ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਗੁਰੂ ਸਾਹਿਬ ਨੂੰ ਪਿੱਠ ਕਰਕੇ ਤਾਂ ਦਿਖਾ ਸਕਦੇ ਹੋ, ਲੇਕਿਨ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੋਈ ਕਿ ਉਸ ਕੋਵਿਡ ਸੈਂਟਰ ਦੇ ਅੰਦਰ ਜਾ ਕੇ ਇੱਕ ਵਾਰ ਦੇਖ ਕੇ ਆਉਂਦੇ, ਇੱਕ ਵਾਰ ਨਜ਼ਰ ਮਾਰ ਕੇ ਆਉਂਦੇ ਕਿ ਉੱਥੇ ਮਰੀਜ਼ਾਂ ਦਾ ਕਿਸ ਤਰ੍ਹਾਂ ਇਲਾਜ ਚੱਲ ਰਿਹਾ ਹੈ। ਉਹ ਮਰੀਜ਼ ਜਿਹੜੇ ਕਿ ਆਪਣੀ ਨਵੀਂ ਜ਼ਿੰਦਗੀ ਨੂੰ ਲੱਭਣ ਵਾਸਤੇ ਇੱਥੇ ਆਏ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਉਹ ਨਵੀਂ ਜ਼ਿੰਦਗੀ ਇੱਥੋਂ ਲੈ ਕੇ ਜਾ ਰਹੇ ਹਨ ਅਤੇ ਅੱਗੇ ਵੀ ਲੈ ਕੇ ਜਾਂਦੇ ਰਹਿਣਗੇ। ਸਤਿ ਸੰਗਤ ਜੀ, ਦੂਸਰਾ ਜਿਹੜਾ ਪੱਖ ਸਰਨਾ ਸਾਹਿਬ ਨੇ ਰੱਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ 'ਤੇ ਜਿਹੜਾ ਕੋਵਿਡ ਸੈਂਟਰ ਚੱਲ ਰਿਹਾ ਹੈ, ਉਹਦੀ ਤੁਲਨਾ ਉਹਨਾਂ ਨੇ ਮੱਸੇ ਰੰਗੜ ਦੀ ਜਿਹੜੀ ਨੀਚ ਹਰਕਤ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਘਰ ਕੀਤੀ ਸੀ, ਉਹਦੇ ਨਾਲ ਜੋੜਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਸਰਨਾ ਸਾਹਿਬ ਨੂੰ ਜ਼ਰੂਰ ਮੱਸੇ ਰੰਗੜ ਦੇ ਨਾਲ ਕੋਈ ਰਿਸ਼ਤਾ ਰਿਹਾ ਹੋਏਗਾ, ਕਿਉਂਕਿ ਉਹਨਾਂ ਨੇ ਇੱਕ ਵਾਰ ਨਹੀਂ ਘੱਟੋ ਘੱਟ ਇਸ ਗੱਲ ਨੂੰ ਆਪਣੇ 3-4 ਇੰਟਰਵਿਊਜ਼ ਵਿੱਚ ਗੱਲ ਕੀਤੀ ਹੈ ਕਿ ਮੱਸੇ ਰੰਗੜ ਨੇ ਇੱਦਾਂ ਕੀਤਾ ਸੀ, ਮੱਸੇ ਰੰਗੜ ਨੇ ਦਰਬਾਰ ਸਾਹਿਬ ਇੱਦਾਂ ਕੀਤਾ ਸੀ, ਮੱਸੇ ਰੰਗੜ ਨੇ ਗੁਰੂ ਸਾਹਿਬ ਦਾ ਪਵਿੱਤਰ ਸਰੋਵਰ ਪੂਰਿਆ ਸੀਗਾ ਅਤੇ ਨਾਲ ਹੀ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਕੰਜਰੀਆਂ ਰਚਾਈਆਂ ਸਨ। ਸਾਧ ਸੰਗਤ ਜੀ, ਉਸ ਨੀਚ ਹਰਕਤ ਨੂੰ ਪਰਮਜੀਤ ਸਿੰਘ ਸਰਨਾ ਇਸ ਪਵਿੱਤਰ ਸਥਾਨ ਦੇ ਉਸ ਜਗ੍ਹਾ ਦੇ ਨਾਲ ਜੋੜ ਰਿਹਾ ਹੈ ਜਿੱਥੇ ਕਿ ਮਰੀਜ਼ ਠੀਕ ਹੋ ਕੇ ਜਾ ਰਹੇ ਹਨ। ਸਿਰਫ ਇੱਕ ਗਾਣੇ ਕਰਕੇ, 5 ਮਿੰਟ ਦੇ ਗਾਣੇ ਕਰਕੇ ਇਹਨਾਂ ਨੇ ਇਸ ਪਵਿੱਤਰ ਸਥਾਨ ਨੂੰ ਮੱਸੇ ਰੰਗੜ ਦੀ ਉਸ ਨੀਚ ਹਰਕਤ ਨਾਲ ਜੋੜਨ ਦੀ ਜਿਹੜੀ ਹਿਮਾਕਤ ਕੀਤੀ ਹੈ, ਮੈਂ ਦਿੱਲੀ ਦੀ ਸੰਗਤ ਨੂੰ ਕਹਿੰਦਾ ਕਿ ਸੰਗਤ ਆਪ ਜਵਾਬ ਦੇ, ਜਿਹੜੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ 'ਤੇ ਆਸਥਾ ਰੱਖਦੀ ਹੈ ਸਰਨਾ ਸਾਹਿਬ ਨੂੰ ਮੂੰਹ ਤੋੜ ਜਵਾਬ ਦੇਵੇਗੀ, ਕਿਉਂਕਿ 5 ਮਿੰਟ ਦੇ ਗਾਣੇ ਦੇ ਵਿੱਚ ਉਹ ਵੀ ਡਾਕਟਰਾਂ ਨੇ ਇਸ ਕਰਕੇ ਗਾਇਆ ਸੀ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ, ਉਹਨਾਂ ਨੇ ਆਪਣੇ ਸ਼ੌਂਕ ਵਾਸਤੇ ਗਾਣੇ ਨਹੀਂ ਗਾਏ ਸਨ। ਸਰਨਾ ਸਾਹਿਬ, ਅਗਰ ਤੁਸੀਂ ਅਗਰ NDTV ਦੀ ਨਵੀਂ ਰਿਪੋਰਟ ਚੁੱਕ ਕੇ ਦੇਖੋ, 500% ਵਾਧਾ ਹੋਇਆ ਸਾਈਕੋਲੋਜੀਕਲ ਮਰੀਜ਼ਾਂ ਦੇ ਵਿੱਚ, ਲੋਕੀ ਇੰਨਾ ਡਰ ਚੁੱਕੇ ਹਨ ਕਿ ਆਪਣੇ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਉਹਨਾਂ ਵਾਸਤੇ ਆਪਣੀ ਵਿਲ ਬਣਾ ਰਹੇ ਹਨ, ਕਿਉਂਕਿ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਅਸੀਂ ਕੱਲ੍ਹ ਬਚੀਏ ਨਾ ਬਚੀਏ। ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰੋਜ਼ ਹੀ ਤਕਰੀਬਨ 25-30-50 ਰੋਜ਼ ਹੀ ਮਰੀਜ਼ ਠੀਕ ਹੋ ਕੇ ਜਾਂਦੇ ਹਨ। ਤੁਸੀਂ ਮੱਸੇ ਰੰਗੜ ਦੇ ਨਾਲ ਕਰਕੇ, ਮੈਂ ਕਹਿੰਦਾ ਕਿ ਤੁਸੀਂ ਇੱਕ ਨਵੀਂ ਭਾਜੀ ਪਾਈ ਹੈ ਜਿਹੜੀ ਦਿੱਲੀ ਦੀ ਕਮੇਟੀ ਸੰਗਤ 'ਤੇ ਸੇਵਾ ਕਰ ਰਹੀ ਹੈ। ਤੁਸੀਂ ਮੱਸੇ ਰੰਗੜ ਦੇ ਨਾਲ ਜੋੜ ਕੇ ਬਹੁਤ ਹੀ ਨਾਮਾਕੂਲ ਹਰਕਤ ਕੀਤੀ ਹੈ, ਸੰਗਤ ਆਪ ਜੀ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇਵੇਗੀ। ਸਾਧ ਸੰਗਤ ਜੀ, ਸਰਨਾ ਸਾਹਿਬ ਦਿੱਲੀ ਕਮੇਟੀ ਨੂੰ ਹਿਸਾਬ ਮੰਗਣ ਆਏ, ਕੋਵਿਡ ਸੈਂਟਰ ਹਟਾਉਣ ਆਏ ਅਤੇ ਨਾਲ ਉਹਨਾਂ ਦੇ ਕੌਣ ਆਇਆ? ਦਿੱਲੀ ਦੀ ਸਿੱਖ ਸੰਗਤ ਦਾ ਸਭ ਤੋਂ ਵੱਡਾ ਨਟਵਰ ਲਾਲ ਗੁਰਮੀਤ ਸਿੰਘ ਸ਼ੰਟੀ। ਉਹ ਗੁਰਮੀਤ ਸਿੰਘ ਸ਼ੰਟੀ ਜਿਹਨੂੰ ਸਰਨਾ ਸਾਹਿਬ ਆਪ ਕਹਿੰਦੇ ਸਨ, ਇਹਨੂੰ ਪੱਗ ਨਹੀਂ ਬੰਨਣੀ ਆਉਂਦੀ, ਇਹਨੂੰ ਦਸਤਾਰ ਨਹੀਂ ਬੰਨਣੀ ਆਉਂਦੀ, ਇਹ ਚੋਰ ਹੈ, ਇਹਦੇ ਬਿਜਲੀ ਦੇ ਬਿੱਲਾਂ ਨੂੰ ਅਗਰ ਕੋਈ ਪੜ੍ਹ ਕੇ ਸੁਣਾ ਦੇ ਤਾਂ ਸਰਨਾ ਸਾਹਿਬ ਕਹਿੰਦੇ ਸਨ ਮੈਨੂੰ ਇਨਾਮ ਦੇਵਾਂਗਾ ਔਰ ਮੈਂ ਇਲੈਕਸ਼ਨ ਨਹੀਂ ਲੜਾਂਗਾ। ਉਹ ਸ਼ੰਟੀ, ਉਹ ਸਬਜ਼ੀ ਚੋਰ ਇਹਨਾਂ ਦੇ ਨਾਲ ਬਿਲਕੁਲ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਖੜਾ ਹੈ, ਸਿਰਫ ਇਸ ਕਰਕੇ ਕਿਉਂਕਿ ਸਰਨਾ ਸਾਹਿਬ ਨੇ ਕਿਹਾ ਤੂੰ ਦੁਬਾਰਾ ਆ
मैं तेन दोबारा फिर कोई अहदा देवगा तो फिर मिल के सब्जी चोरी करा। पिछली बार तू कला खा गया सह, इस बार मैनू भी तेन हिस्सा देना पाएगा। तो वो शंटी कल मैं लग्या पता कि किसी की वीडियो उन्होंने किसी को कुत्ता बोलिया। मैं कहना शंटी चोर, असी सारे ही उस गुरु तेग बहादुर साहब के स्थान के कुत्ते हाँ। असी भौंकांगे जो जो तेरे वर्गे चोर साड़ी सिख संगत का पैसा खाणगे, सब्जियां खाणगे ना, असी भौंकांगे भी, ते जो मौका आएगा तेनू वड्डांगे भी। असी हैगे हाँ हम कुकर तेरे दरबार साध संगत जी। इन्हां चोरां नू ते जिहड़े गुरु घर के दोखी हैं इन्हां नू माफ नहीं करना। यह कोविड सेंटर की आड़ जिहड़ी ये कोशिश कर रहे हैं यह सफल नहीं होने देनी साध संगत जी। ये कोविड सेंटर साडा दिल्ली कमेटी का कोई मंतव नहीं सीगा चलाउण दा, लेकिन आप सब जानते हो कि दिल्ली दे विच जो हाहाकार मची, अगर दिल्ली सिख गुरुद्वारा प्रबंधक कमेटी इस चीज़ के उत्ते अपना स्टैंड नहीं लेंदी तां की दा की हो सकदा सी साध संगत जी। अखीर दे विच आप जी दे सारयां दे चरणां दे विच हथ जोड़ के बेनती है कि दिल्ली सिख गुरुद्वारा प्रबंधक कमेटी के प्रधान सरदार मनजिंदर सिंह जी सिरसा अते जनरल सकत्तर सरदार हरमीत सिंह जी कालका नूं जिस तरह आप जी का सहयोग मिलता आ रहा पिछले 2 सालों के आने वाले समय में भी अपना सहयोग इस तरह देंदे रहो ताकि जिहड़े भलाई के कारज हैं वह इस तरह निरंतर चलते रहन। इन्ना कहिंदा होया मैं आप जी तो इजाजत लैंदा हाँ। वाहिगुरू जी का खालसा, वाहिगुरू जी की फतेह।